अस्सलाम वालेकुम अली फैसल जट साहब आए सन उमरे तो पहली तो जट साहब थानू बड़ी मुबारक हो। दूसरा ना बड़े मैं अफसोस नाल कह रहे हैं कि खजूरां लैके ते आबे जमजम दा पानी ते ख्वाजा काशिफ साहब ने ते अपने चौधरी हसन साहब सारिया ही खजूरां खा गए जे क्यों शुगर वाले डॉक्टर ने चेक कराण गए। मैं कह भाई सानू तो खजूरां उधर दी चाहिए ने, ना लाहौर दियां लिया के खजूरां खवाईयां ने जाके शुगर दे डॉक्टर कोल बैठन दोवें जाके बहुत जी धक्के ना फड़ के खा लिया। मैं यार मेहरबानी करो अड्डे कड़ा लियो शुगर दा मरीज होवे ना होवे कोई प्रॉब्लम नहीं। इन्हां ते शुगर ही कोई नहीं सी बेचारियां नूं ते हुण खा गए ने दो दो किलो बोस ते डेली दीआं ते उह की हाल बनेगा जट साहब उन्हां दा। पहले अल्लाह पाक इन्हां ते अपना रहम करे ते दुआ ही कर सकदे आ जी। ਨਾਲੇ ਮਸ਼ਵਰਾ ਹੈ ਕਿ ਬਾਈ ਥੋੜਾ ਘੱਟ ਖਾਇਆ ਕਰੋ, ਮਿਹਰਬਾਨੀ ਕਰਿਆ ਕਰੋ ਯਾਰ, ਸਾਰੀ ਮਿਹਰਬਾਨੀ। ਦੂਸਰਾ ਅੱਲਾ ਸਾਰਿਆਂ ਨੂੰ ਉਮਰੇ ਤੇ ਲਿਜਾਵੇ, ਅਲੀ ਫੈਸਲ ਜੱਟ ਸਾਹਿਬ ਤੁਹਾਨੂੰ ਵੀ ਲਿਜਾਵੇ, ਸਾਨੂੰ ਲਿਜਾਵੇ, ਆਮੀਨ। ਹਰ ਮੇਰੇ ਮੁਸਲਮਾਨ ਭਾਈ ਨੂੰ ਤੇ ਪਾਕਿਸਤਾਨੀ ਭਾਈ ਨੂੰ ਲਾਜ਼ਮੀ ਉਮਰੇ ਤੇ ਲਿਜਾਵੇ, ਸਿਆਦਤ ਕਰਾਵੇ। ਬੜਾ ਉੱਥੇ ਜ਼ਿੰਦਗੀ ਦਾ ਇੱਕ ਅਹਿਮ ਤਰੀਨ ਅਗਰ ਕੋਈ ਦਿਨ ਹੁੰਦੇ ਨੇ ਉਹ ਤੁਹਾਡੇ ਮਦੀਨਾ ਸ਼ਰੀਫ ਹੁੰਦੇ ਨੇ, ਮੱਕਾ ਸ਼ਰੀਫ ਹੁੰਦੇ ਨੇ। ਦੇਖੋ ਉੱਥੇ ਅੱਲਾ ਦੀਆਂ ਰਹਿਮਤਾਂ ਵਸ ਰਹੀਆਂ ਹੁੰਦੀਆਂ ਨੇ ਤੇ ਅੱਲਾ ਤਾਲਾ ਦੇ ਇੱਕ ਉੱਥੇ ਬੜੀ ਨਿਮਤ ਤੇ ਆਬੇ ਜ਼ਮਜ਼ਮ ਉਹ ਕੋਈ ਦੋਸਤ ਲੈ ਕੇ ਵੀ ਆਉਂਦਾ ਬੜੀ ਖੁਸ਼ੀ ਹੁੰਦੀ ਹੈ। ਲੇਕਿਨ ਇੱਥੇ ਕਿਹੜਾ ਹੁਣ ਮਸਲਾ ਬਣ ਗਿਆ ਤੁਹਾਨੂੰ ਮੈਂ ਦੱਸ ਦਿੱਤਾ ਕਿ ਆਬੇ ਜ਼ਮਜ਼ਮ ਤੋਂ ਉਹਨਾਂ ਘੱਟ ਪੀਤਾ ਉਹਨਾਂ ਅਸਲ ਹੀ ਕਿਹੜੀ ਪ੍ਰੋਬਲਮ ਕੀਤੀ ਨਾ ਖਜੂਰਾਂ ਵਾਲੀ, ਦੋ ਦੋ ਕਿਲੋ ਖਜੂਰਾਂ ਡੇਲੀ ਦੀਆਂ ਖਾਧੀਆਂ ਜੇ ਇਹ ਕਰਦੇ ਹੋ ਤਸਦੀਕ ਤੁਸੀਂ ਜਾਂ ਨਹੀਂ? ਨਹੀਂ ਨਹੀਂ ਇਹ ਗੱਲ ਬਹੁਤ ਸਹੀ ਕਰ ਰਹੇ ਹੋ। ਇਹ ਗਿਫਟ ਲਿਆਉਂਦੇ ਸਨ ਸਾਰਿਆਂ ਵਾਸਤੇ, ਉਹ ਖਾ ਕੇ ਨਿਕਲ ਜਾਂਦੇ ਸਨ ਤੇ ਇਹਦੇ 'ਚ ਲਾਜ਼ਮੀ ਦੱਸੋ ਉਹਨਾਂ ਨੂੰ ਕਿ ਬਾਈ ਦੋ ਖਜੂਰਾਂ ਖਾਈ ਦੀਆਂ, ਦੋ ਕਿਲੋ ਨਹੀਂ ਖਾਈ ਦੀਆਂ। ਮੈਂ ਫਿਰ ਕਹਿ ਰਿਹਾ ਦੋ ਕਿਲੋ ਨਹੀਂ ਖਾਈ ਦੀਆਂ ਖਵਾਜਾ ਕਾਸ਼ਿਫ ਸਾਹਿਬ ਅਤੇ ਚੌਧਰੀ ਹਸਨ ਸਾਹਿਬ, ਇਹ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਦੋ ਕਿਲੋ ਨਹੀਂ, ਦੋ ਖਜੂਰਾਂ ਸਿਰਫ ਖਾਈ ਦੀਆਂ ਅਤੇ ਹੁਣ ਕਰਾਓ ਡਾਕਟਰਾਂ ਦੇ ਪੈਸੇ ਖਰਚੋ। ਇੰਨੇ ਦੀਆਂ ਖਜੂਰਾਂ ਨਹੀਂ ਹੋਣੀਆਂ, ਕਿੰਨੇ ਦੇ ਤੁਸੀਂ ਡਾਕਟਰਾਂ ਦੇ ਪੈਸੇ ਖਰਚੋਗੇ, ਟੈਸਟ ਕਰਾਓਗੇ ਤੇ ਅੱਲਾ ਤੁਹਾਨੂੰ ਸਿਹਤ ਦੇਵੇ, ਜ਼ਿੰਦਗੀ ਸਿਹਤ ਰੱਖੇ, ਆਮੀਨ। ਫਿਰ ਘਰ ਅਲੀ ਬਈ ਤੁਹਾਨੂੰ ਦਿਖਾਵੇ ਜੱਟ ਸਾਹਿਬ, ਆਮੀਨ। ਅੱਲਾ ਤਾਲਾ ਇਹ ਮਨਜ਼ੂਰੀ ਉੱਤੋਂ ਆਉਂਦੀ ਹੈ, ਬੜੀ ਖੁਸ਼ੀ ਹੁੰਦੀ ਹੈ ਕੋਈ ਵੀ ਦੋਸਤ ਹੋ ਕੇ ਆਵੇ, ਬਗੈਰ ਮਨਜ਼ੂਰੀ ਤੋਂ ਇਨਸਾਨ ਨਹੀਂ ਜਾ ਸਕਦਾ ਤੇ ਦੁਆਵਾਂ ਲਾਜ਼ਮੀ ਯਾਦ ਰੱਖਣਾ ਤੁਸੀਂ। ਤੁਹਾਡਾ ਬਹੁਤ ਸ਼ੁਕਰੀਆ ਮੁਹੱਬਤਾਂ ਦਾ, ਥੈਂਕ ਯੂ।